ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੇ ਜਮਾਲਪੁਰ ਚੌਕ 'ਚ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੀ ਪੰਜਾਬ ਰੋਡਵੇਜ਼ ਦੀ ਤੇਜ਼ ਰਫ਼ਤਾਰ ਬੱਸ ਨੇ ਤੇਜ਼ਾਬ ਨਾਲ ਭਰੇ ਟੈਂਕਰ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਟੈਂਕਰ ਦਾ ਗੇਟ ਵਾਲ ਟੁੱਟ ਗਿਆ ਅਤੇ ਤੇਜ਼ਾਬ ਸੜਕ 'ਤੇ ਕਾਫ਼ੀ ਮਾਤਰਾ ਵਿੱਚ ਫੈਲ ਗਿਆ। ਤੇਜ਼ਾਬ ਦੇ ਜ਼ਹਿਰੀਲੇ ਧੂੰਏ ਨਾਲ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਆਈ ਅਤੇ ਸਾਹ ਲੈਣ ਵਿੱਚ ਵੀ ਮੁਸ਼ਕਿਲ ਹੋਈ। ਇਸ ਦੁਰਘਟਨਾ ਵਿੱਚ ਬੱਸ 'ਚ ਸਵਾਰ 7-8 ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਭਾਈ ਇਹ ਜਮਾਲਪੁਰ ਚੌਂਕ ਦੇ ਵਿੱਚ ਆਪਣਾ ਨਾ ਬੱਸ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀਗੀ। ਅੱਛਾ ਜੀ। ਅਤੇ ਇਹ ਨਾ ਜੀ ਮੈਂ ਆਪਣਾ ਘਰ ਨੂੰ ਜਾ ਰਿਹਾ ਸੀ ਜਮਾਲਪੁਰ ਤੋਂ ਅਤੇ ਬੱਸ ਟਰੱਕ ਦੇ ਵਿੱਚ ਬਹੁਤ ਜ਼ੋਰ ਕੀ ਪਿੱਛੋਂ ਦੀ ਵੱਜੀ, ਟਰੱਕ ਦੇ ਪਿੱਛੇ ਵੱਜੀ ਅਤੇ ਉਹਦੇ ਕਰਕੇ ਸਵਾਰੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਤੇ ਸੱਟਾਂ ਬਹੁਤ ਲੱਗੀਆਂ। ਟਰੱਕ ਦੇ ਵਿੱਚ ਕੀ ਸੀ? ਕੈਮੀਕਲ ਭਰਿਆ ਪਿਆ ਸੀਗਾ ਜੀ, ਉਹਦੇ ਕਰਕੇ ਤੇਜ਼ਾਬ ਸੀਗਾ ਜੀ, ਉਹਦੇ ਵਿੱਚ ਨਾ ਕਈ ਬੰਦੇ ਬੇਹੋਸ਼ ਹੋ ਗਏ ਦੱਸਿਆ ਜਾ ਰਿਹਾ। ਟਰੱਕ ਦਾ ਵੀ ਜਿਹੜਾ ਡਰਾਈਵਰ ਆ ਕਹਿੰਦੇ ਵੀ ਉਹ ਵੀ ਬੇਹੋਸ਼ ਹੋ ਗਿਆ, ਉਹਨੂੰ ਢੱਕਣ ਜਿਹਾ ਲਾ ਰਿਹਾ ਸੀਗਾ, ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਉਹ ਬੰਦ ਨਹੀਂ ਹੋਇਆ। ਸੁਬਹਾ ਸਾਨੂੰ ਕਰੀਬ 7:45 ਫੋਨ ਆਇਆ ਸੀਗਾ ਵੀ ਜਮਾਲਪੁਰ ਚੌਂਕ 'ਚ ਇੱਕ ਕੈਮੀਕਲ ਦਾ ਕੈਂਟ ਦਾ ਮਤਲਬ ਕੋਈ ਅੱਗ ਲੱਗ ਗਈ। ਜਦ ਅਸੀਂ ਮੌਕੇ 'ਤੇ ਗਏ ਅਤੇ ਉੱਥੇ ਜਾ ਕੇ ਦੇਖਿਆ ਅਤੇ ਇੱਕ ਮਤਲਬ ਜਿਹੜਾ ਕੈਮੀਕਲ ਕੈਂਟਰ ਦਾ ਮਗਰਲਾ ਨਿਕਾਸੀ ਪੈਪ ਆ ਉਹਦੇ ਮਗਰ ਰੋਡਵੇਜ਼ ਦੀ ਬੱਸ ਟਕਰਾਈ ਹੋਈ ਸੀ। ਮੌਕੇ 'ਤੇ ਜਾ ਕੇ ਪਤਾ ਲੱਗਿਆ ਵੀ ਉਹ ਜਿਹੜਾ ਕੈਂਟਰ ਸੀਗਾ ਉਹ ਜਮਾਲਪੁਰ ਸਾਈਡ ਤੋਂ ਮੁੜਨ ਲੱਗਿਆ ਸੀਗਾ ਅਤੇ ਮਗਰੋਂ ਚੰਡੀਗੜ੍ਹੋਂ ਰੋਡਵੇਜ਼ ਦੀ ਬੱਸ ਆ ਰਹੀ ਸੀ, ਉਹਦੇ ਮਤਲਬ ਵਿੱਚ ਵੱਜਣ ਕਰਕੇ ਜਿਹੜਾ ਨਿਕਾਸੀ ਪੈਪ ਸੀ ਉਹ ਟੁੱਟ ਗਿਆ। ਨਿਕਾਸੀ ਪੈਪ ਟੁੱਟਣ ਕਰਕੇ ਟੈਂਕਰ ਆ ਕਿੱਥੋਂ ਰਿਹਾ ਸੀ? ਇਹ ਟੈਂਕਰ ਨੰਗਲ ਤੋਂ ਨੰਗਲ ਤੋਂ ਕੈਮੀਕਲ ਲੋਡ ਕਰਿਆ। ਇਹ 'ਚ ਕੀ ਸੀਗਾ? ਕੀ ਇਹਦੇ 'ਚ? ਇਹ 'ਚ ਕੋਈ ਕੈਮੀਕਲ ਸੀ ਮਤਲਬ? ਨਹੀਂ, ਕਿਹਾ ਜਾ ਰਿਹਾ ਕਿ ਐਸਿਡ ਸੀਗਾ। ਐਸਿਡ ਕੈਮੀਕਲ ਕੋਈ ਮਤਲਬ ਇਸ ਤਰ੍ਹਾਂ ਚੀਜ਼ ਸੀ। ਅੱਛਾ ਜੀ। ਅਤੇ ਉਹਨਾਂ ਨੇ ਬਿੱਲ ਬੁੱਲ ਲੈ ਲਏ ਜੇ ਕੋਈ ਮਤਲਬ ਕੋਈ ਵੈਰੀਫਾਈ ਕਰਨਾ ਹੋਊ ਤਾਂ ਹੋਊਗਾ ਬਸ। ਅਤੇ ਕੋਈ ਨੁਕਸਾਨ ਇਹਦੇ 'ਚ ਹੋਇਆ? ਜਾਨੀ ਨੁਕਸਾਨ ਦਾ ਬਚਾ ਜੀ, ਮਤਲਬ ਉਹਦੇ ਨਾਲ ਧੂੰਆਂ ਕਾਫੀ ਜਿਹੜਾ ਸੀ ਕੈਮੀਕਲ ਨਾਲ ਧੂੰਆਂ ਕਾਫੀ ਉੱਠਿਆ ਅਤੇ ਉਹ ਫਾਇਰ ਬ੍ਰਿਗੇਡ ਦੀ ਮਤਲਬ ਗੱਡੀ ਇੱਕ ਮੰਗਾ ਕੇ ਅਤੇ ਪਾਣੀ ਪੂਣੀ ਮਤਲਬ ਮਰਾ ਕੇ ਮਤਲਬ ਉਹ ਚੀਜ਼ 'ਤੇ ਕੰਟਰੋਲ ਕੀਤਾ ਗਿਆ। ਅਤੇ ਬੱਸ ਨੂੰ ਵੀ ਥੋੜ੍ਹਾ ਨੁਕਸਾਨ ਹੋਇਆ? ਹਾਂ, ਬੱਸ ਦਾ ਜੀ ਕਾਫੀ ਨੁਕਸਾਨ। ਹਾਂਜੀ, ਕੋਈ ਸਵਾਰੀਆਂ ਦਾ ਕੋਈ ਨੁਕਸਾਨ? ਨਹੀਂ, ਸਵਾਰੀਆਂ ਦਾ ਨੋਰਮਲ ਹੈ ਜੀ, ਮਤਲਬ ਸਾਡੀ ਨੌਲੇਜ 'ਚ ਕੋਈ ਇੱਦਾਂ ਦੀ ਸਾਨੂੰ ਇਨਫੋਰਮੇਸ਼ਨ ਨਹੀਂ ਸੀਗੀ। ਸਾਡੇ ਮਤਲਬ ਕਰੀਬ ਜੋ ਸਵਾਰੀਆਂ ਸੀਗੀਆਂ ਚਲੀ ਗਈਆਂ ਸਾਡੇ ਜਾਣ ਤੋਂ ਪਹਿਲਾਂ। ਕੋਈ ਕੰਪਲੇਂਟ ਇਹਨਾਂ ਨੇ ਕਿਵੇਂ ਕਰਾਈ ਦਰਜ ਹੋ ਰਹੀ? ਕੰਪਲੇਂਟ ਸਾਡੇ ਕੋਲੋਂ ਕੋਈ ਦਰਜ ਨਹੀਂ ਹੋਈ, ਮੌਕੇ 'ਤੇ ਹੋਈ ਸੀ, ਇਹਨਾਂ ਨੇ ਆਸ ਵਿੱਚ ਹੀ ਦੋਨੀ ਪਾਰਟੀਆਂ ਨੇ ਕੋਈ ਇਹਨਾਂ ਦਾ ਸਮਝੌਤਾ ਹੋ ਕਹਿੰਦੇ ਸੀ ਕੋਈ ਕਾਰਵਾਈ ਨਹੀਂ। ਸਮਝੌਤਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।